ਇੱਕ ਸ਼ਖਸ ਉਹ ਵੀ ਹੈ ਸੀ ਜਿਹੜਾ ਉਹ ਵੀ ਵਕੀਲ ਸੀ, ਇੱਕ ਸ਼ਖਸ ਇੱਥੇ ਵੀ ਹੈ ਜਿਹੜਾ ਵਕੀਲ ਹੈ, ਉਸ ਸ਼ਖਸ ਵਿੱਚ ਵੀ ਰਿਆਸਤ ਦੀ ਮੁਹੱਬਤ ਸੀ, ਇਸ ਸ਼ਖਸ ਵਿੱਚ ਵੀ ਰਿਆਸਤ ਦੀ ਮੁਹੱਬਤ ਹੈ, ਉਸ ਸ਼ਖਸ ਵਿੱਚ ਵੀ ਕਾਨੂੰਨ ਦਾਇਰਾ ਕਾਰ ਕੀ ਸਮਝੀਦਾ ਇੱਕ ਰਿਆਸਤ ਦਾ ਜਨੂਨ ਸੀ, ਇਸ ਸ਼ਖਸ ਵਿੱਚ ਵੀ ਆਪਣੀ ਕੌਮ ਵਾਸਤੇ ਲੜਨੇ ਦਾ ਜਨੂਨ ਹੈ ਲੋਕੋ, ਇੱਕ ਉਹ ਸ਼ਖਸ ਸੀ ਜਿਹੜਾ ਮਕਬੂਜ਼ਾ ਕਸ਼ਮੀਰ ਵਿੱਚ ਤਖਤਦਾਰ ਪਰ ਲਟਕੀ ਗਿਆ, ਇੱਕ ਇੱਥੇ ਵੀ ਸ਼ਖਸ ਮੌਜੂਦ ਹੈ ਲੋਕੋ ਜਿਸੇ ਤਿਆਰੀ ਰਾਤੀ ਨੰਗੇ ਪੈਰ ਵੀ ਟੁਰਨਾ ਪਿਆ ਤਾਂ ਆਪਣੀ ਕੌਮ ਵਾਸਤੇ ਟੁਰਿਆ, ਲੋਕੋ 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 ਅਸਾਂ ਮਕਬੂਲ ਪੱਟ ਕੀ ਸੁਣਿਆ, ਲੋਕੋ ਅਸਾਂ ਮਕਬੂਲ ਪੱਟ ਕੀ ਸੁਣਿਆ, ਲੋਕੋ ਅਸਾਂ ਮਕਬੂਲ ਪੱਟ ਕੀ ਸੁਣਿਆ, ਰਾਜਾ ਮੇਰਾਰ ਕੀ ਲੋਕੋ ਸਤ ਕਿਆ, ਅਸਾਂ ਖਾਜਾ ਮੇਰਾਰ ਕੀ ਤੱਕਿਆ, ਉਸ ਨੌਜਵਾਨ ਨੇ ਸਿਕਵਾਲ ਬੱਬੂ ਅੰਦਾਜ਼ ਰਹੇ ਅਸਾਂ ਧਰਤੀ ਮਾਰਾ ਪੁੱਤਰ ਅਸਾਂ ਦੀ ਡਡਿਆਲ ਦਾ ਫਖਰ ਅਸਾਂ ਦੀ ਸ਼ਾਨ ਅਸਾਂ ਦੀ ਜਾਨ ਖਾਜਾ ਮਹਿਰਾਨ ਅਸਾਂ ਨੇ ਕੀਤਾ ਬਤੇ ਨੇ ਅਜ਼ਾਈ ਖੇਲ ਵਾਸਤੇ ਇਸ ਨਾਰੇ ਨਾਲ ਖੜੇ ਹੋਏ ਤਾਂ ਤਾਲੀਆਂ ਦੀ ਗੂੰਜ ਨਾਰੇ ਕਸ਼ਮੀਰ ਔਜ਼ ਬਿੱਲਾਹਿ ਮਿਨ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਬਲੋ ਜੰਡਾਲਾ ਨੇ ਅਜ਼ੀਮ ਲੋਕੋ ਔਰ ਡਗਾਰ ਜੰਮੀਆਂ ਬੰਦਰੀਆਂ ਜਿੱਥੋਂ ਜਿੱਥੋਂ ਅਜ਼ੀਜ਼ ਦੋਸਤ ਆਏ ਹੋ ਅੱਲਾ ਸਾਰਿਆਂ ਕੀ ਸਲਾਮਤ ਰੱਖਣ ਔਰ ਕਾਫੀ ਦੇਰ ਤੋਂ ਮੈਂ ਤੱਕਣਾ ਪਿਆ ਕੁਛ ਬਜ਼ੁਰਗ ਵੀ ਖੜ੍ਹੇ ਹਨ ਤਾਂ ਕੋਸ਼ਿਸ਼ ਇਹ ਕਰਸਾਂ ਕਿ ਜਲਦੀ ਤੋਂ ਜਲਦੀ ਆਪਣੀ ਗੱਲ ਕੀ ਮੁਕੰਮਲ ਕਰਾਂ ਔਰ ਜਿਹੜਾ ਮਕਸਦ ਕੀ ਨਹੀਂ ਗਿਆ ਤੁਸਾਂ ਕੋਲ ਆਏ ਹਾਂ ਉਹ ਮਕਸਦ ਜਿਹੜਾ ਆ ਉਹ ਬੇਸਿਕਲੀ ਅੱਲਾ ਤਾਲਾ ਨੇ ਰਜ਼ਾ ਵਾਸਤੇ ਅੱਲਾ ਤਾਲਾ ਨੇ ਖੁਸ਼ਨੁਦੀ ਵਾਸਤੇ ਇਸ ਮਕਸਦ ਕੀ ਜਾਰੀ ਉਹ ਸਾਰੀ ਰੱਖੇ ਆ ਇਹ ਕਦੇ ਵੀ ਨਹੀਂ ਹੋ ਸਕਣਾ ਕਦੇ ਬਿਲਕੁਲ ਵੀ ਨਹੀਂ ਹੋ ਸਕਣਾ ਇਹ ਮਕਸਦ ਸਾਡੀ ਜ਼ਾਤ ਤੱਕ ਮੋਹਿਤ ਹੈ ਇਹ ਮਕਸਦ ਸਾਡੀ ਆਪਣੀ ਜ਼ਾਤੀ ਪ੍ਰਮੋਸ਼ਨ ਉੱਪਰ ਮੁਨਸਰ ਹੈ ਇਹ ਮਕਸਦ ਸਿਰਫ ਔਰ ਸਿਰਫ ਅੱਲਾ ਨੇ ਰਜ਼ਾ ਵਾਸਤੇ ਹੈ ਜਿਹੜਾ ਜਾਰੀ ਉਹ ਸਾਰੀ ਹੈ ਔਰ ਇਨਸ਼ਾਅੱਲਾ ਤਾਲਾ ਅਸਾਂ ਨਾ ਹੋਏ ਹਾਂ ਸਾਡੇ ਅਛਣੇ ਲਈ ਨਸਲ ਹੋ ਸੀ ਲੇਕਿਨ ਇਸ ਮਕਸਦ ਕੀ ਉਹ ਛੋੜਨ ਨਹੀਂ ਲੱਗੀ ਕਿ ਖਾਲਿਸਤਾਨ 76 ਸਾਲ ਲਈ ਮਹਿਰੂਮੀ ਜਿਹੜੀ ਹਰ ਫਰ ਬਰਦਾਸ਼ਤ ਕੀਤੀ 76 ਸਾਲ ਲਈ ਜ਼ਲਾਲਤ 76 ਸਾਲ ਲਈ ਇਹਨਾਂ ਨੌਸਰਬਾਜ਼ਾਂ ਨੇ ਥੱਲੇ ਲੱਗੀ ਕਿ ਅਸਾਂ ਜਿਹੜੇ ਵਕਤ ਗੁਜ਼ਾਰੇ ਸਾਡੇ ਅਬਾ ਅਜਦਾਦ ਰੁਸਵਾ ਹੋਏ ਇਹਨਾਂ ਦੇ ਸਾਹਮਣੇ ਸਾਡੀਆਂ ਇੱਜ਼ਤਾਂ ਗੈਰ ਮਹਿਫੂਜ਼ ਹੋਈਆਂ ਲੇਕਿਨ ਹੁਣ ਵਕਤ ਆਣ ਚੁੱਕਿਆ ਲੋਕੋ ਕਿ ਅਸਾਂ ਜਿਹੜਾ ਗੁਲਾਮੀ ਲਪੱਟਾ ਆਪਣੇ ਗਲੇ ਵਿੱਚ ਪਾਇਆ ਸੀ ਉਸਕੀ ਅਸਾਂ ਲਾਈ ਉੜਿਆ ਉਸਕੀ ਲਾਈ ਉੜਿਆ ਇਸ ਵਾਸਤੇ ਕਿਉਂਕਿ ਗੈਰਤ ਤੋਂ ਇਲਾਵਾ ਇਨਸਾਨ ਨੇ ਅੰਦਰ ਕੋਈ ਵੀ ਐਸਾ ਮਵਾਦ ਨਹੀਂ ਹੈ ਕਿ ਉਹ ਉਸਕੀ ਖੜਾ ਕਰੀ ਸਕਿਆ ਦੁਨੀਆਂ ਨੇ ਅਜ਼ੀਮ ਮੁਲਕਾਂ ਨੇ ਸਾਹਮਣੇ ਇੱਕ ਵਾਅਦ ਗੈਰਤ ਹੈ ਕਿ ਜਿਸਨੇ ਬਲਬੂਤੇ ਪਰ ਅਸਾਂ ਦੁਨੀਆਂ ਕੀ ਲਲਕਾਰੀ ਸਕਣੇ ਆ ਅਸਾਂ ਇੰਡੀਆ ਦੇ ਬਗੈਰਤ ਮੁਲਕ ਕੀ ਲਲਕਾਰੀ ਸਕਣੇ ਆ ਅਸਾਂ ਦੁਨੀਆਂ ਦੀ ਅਜ਼ੀਮ ਕੌਮ ਇਸੇ ਸੂਰਤ ਬਣੀ ਸਕਣੇ ਆ ਕਿ ਸਾਡੇ ਅੰਦਰ ਗੈਰਤ ਨਾ ਇੱਕ ਐਸਾ ਮਾਦਾ ਹੋਇਆ ਗੈਰਤ ਨਹੀਂ ਇੱਕ ਐਸੀ ਕੁਆਲਿਟੀ ਹੋਇਆ ਕਿ ਦੁਨੀਆਂ ਇੱਕ ਮਿਸਾਲ ਦਾ ਦੁਨੀਆਂ ਇਹ ਲਿਖਿਆ ਔਰ ਲਿਖਣੇ ਪਰ ਮਜਬੂਰ ਹੋਇਆ ਕਿ ਵਾਕਈ ਗੈਰਤਮੰਦ ਅਗਰ ਹੈ ਕੌਮ ਦੁਨੀਆ ਵਿੱਚ ਤਾਂ ਉਹ ਕਸ਼ਮੀਰੀ ਕੌਮ ਹੈ ਉਸ ਤੋਂ ਇਲਾਵਾ ਕੌਮ ਨਹੀਂ ਹੈ ਸਾਡਾ ਬੁਨਿਆਦੀ ਮਕਸਦ ਇਹ ਹੈ ਕਿ ਜਿਨ੍ਹਾਂ ਨੌਸਰਬਾਜ਼ਾਂ ਇਸ ਹਲਕੇ ਨੇ ਅੰਦਰ ਬਰਾਦਰੀ ਇਜ਼ਮ ਕੀ ਪ੍ਰਮੋਸ਼ਨ ਦਿੱਤੀ ਹੈ ਇਸ ਇਲਾਕੇ ਨੇ ਅੰਦਰ ਗਰੀਬ ਔਰ ਅਮੀਰ ਵਿੱਚ ਫਰਕ ਕੀਤਾ ਨੇ ਮੈਂ ਉਹਨਾਂ ਸਮੇਤ ਉਹਨਾਂ ਅਮੀਰਾਂ ਸਮੇਤ ਮੈਂ ਚੈਲੰਜ ਕਰ ਰਿਹਾ
ਔਰ ਦਾਅਵੇ ਨਾਲ ਇਹ ਗੱਲ ਪਾਇਆ ਕਿ ਤੁਸੀਂ ਆਪਣੇ ਬੱਚੇ ਵੀ ਸਾਹਮਣੇ ਆਣੋ, ਗਰੀਬ ਨੇ ਬੱਚੇ ਵੀ ਸਾਹਮਣੇ ਆਏ ਸਨ। ਤਾਲੀਮ ਦਾ ਮਿਆਰ ਬਰਾਬਰ ਕਰੋ, ਤਾਲੀਮ ਪਰ ਅਖਰਾਜਾਤ ਬਰਾਬਰ ਕਰੋ। ਮੈਂ ਦਾਅਵੇ ਨਾਲ ਆਇਆ ਗਰੀਬ ਦਾ ਬੱਚਾ ਜ਼ਿਆਦਾ ਲਾਇਕ ਹੈ ਇਹਨਾਂ ਮੀਰਾਂ ਕੋਲੋਂ। ਮੈਂ ਦਾਅਵੇ ਨਾਲ ਔਰ ਗਰੰਟੀ ਨਾਲ ਆਇਆ ਇਹ ਜਿਤਨੇ ਨੌਸਰਬਾਜ਼ ਹਨ ਜਿਹੜੇ ਆਪਣੇ ਬੱਚਿਆਂ ਕੀ ਬੈਰੂਨੇ ਮੁਲਕ ਪੜ੍ਹਾਉਣੇ ਪਏ, ਇਸਲਾਮਾਬਾਦ ਦੇ ਅੱਛੇ ਜਿਹੀਆਂ ਯੂਨੀਵਰਸਿਟੀਆਂ 'ਚ ਪੜ੍ਹਾਉਣੇ ਪਏ। ਮੈਂ ਦਾਅਵੇ ਨਾਲ ਇਹ ਚੀਜ਼ ਆਉਣਾ ਆ, ਅਗਰ ਗਰੀਬ ਨੇ ਬੱਚੇ ਕੀ ਸਹੂਲਤ ਮਿਲੀਆਂ ਜਾਣ, ਗਰੀਬ ਨੇ ਬੱਚੇ ਵਾਸਤੇ ਤਾਲੀਮ ਫਰੀ ਕੀਤੀ ਜਾਏ, ਤਾਂ ਸਾਡੇ ਬੱਚੇ ਜਿਹੜੇ ਗਰੀਬ ਨੇ ਬੱਚੇ ਹਨ ਉਹ ਇਹਨਾਂ ਕੋਲ ਬਹੁਤ ਜ਼ਿਆਦਾ ਅਫਜ਼ਲ ਹਨ, ਬਹੁਤ ਜ਼ਿਆਦਾ ਜ਼ਹੀਨ ਹਨ, ਬਹੁਤ ਜ਼ਿਆਦਾ ਅਖਲਾਕਿਆਤ ਉਹਨਾਂ 'ਚ ਪਾਈ ਜਾਣੀ ਹੈ। ਇਹਨਾਂ ਨੇ ਬੱਚੇ ਇਹਨਾਂ ਦੀ ਬਾਤ ਨਹੀਂ ਸੁਣਨੇ, ਇਹਨਾਂ ਕੀ ਤੂੰ ਤੂੰ ਕਰੀਗਾ ਜਵਾਬ ਦੇਣੇ ਬਗੈਰ ਤਾਂ ਕੀ, ਲੇਕਿਨ ਫਿਰ ਵੀ ਹਯਾ ਨਹੀਂ ਅਛਣੀ, ਫਿਰ ਵੀ ਖੁਦ ਆਰਾਮ ਖਾਣਾ, ਫਿਰ ਵੀ ਖੁਦ ਆਰਾਮ ਖੋਰੀ ਕਰਨਾ। ਲਿਆਜ਼ਾ ਇਹ ਫਰਕ ਹੈ ਲੋਕੋ, ਇਨਸਾਨ ਇੱਕ ਗੱਲ ਸਮਝੋ ਇਸ ਦੀ ਕਿ ਇਨਸਾਨ ਦੋ ਕਿਸਮ ਨੇ, ਇੱਕ ਇਨਸਾਨੀ ਵਜੂਦ ਨੇ ਅੰਦਰ ਹੈਵਾਨੀਅਤ ਹੈ, ਔਰ ਦੂਆ ਉਹ ਇਨਸਾਨ ਜਿਸ ਨੇ ਅੰਦਰ ਅਖਲਾਕਿਆਤ ਹੈ। ਇਸ ਦੌਰਾਨੀਏ ਵਿੱਚੋਂ ਗੁਜ਼ਰ ਸੀ ਇਨਸਾਨ ਤੋਂ ਮੁਕੰਮਲ ਇਨਸਾਨ ਬਣ ਸੀ, ਅਗਰ ਅਖਲਾਕਿਆਤ ਕੀ ਅੰਦਰੋਂ ਕੱਢੇ ਦਿੱਤਾ ਜਾਏ ਤਾਂ ਫਿਰ ਸਿਰਫ ਔਰ ਸਿਰਫ ਉਹ ਹੈਵਾਨ ਇਨਸਾਨ ਹੋਣਾ ਹੈ, ਉਹ ਕਦੇ ਵੀ ਇੱਕ ਮੋਮਨ ਨਹੀਂ ਬਣ ਸਕਣਾ। ਮੋਮਨ ਵਾਸਤੇ ਸ਼ਰਤ ਬਾਕੀ ਇਹ ਹੈ ਕਿ ਉਸਨੇ ਅੰਦਰ ਅਖਲਾਕਿਆਤ ਹੋ ਸੀ, ਉਸਨੇ ਅੰਦਰ ਆਜ਼ੀ ਹੋ ਸੀ, ਉਸਨੇ ਅੰਦਰ ਬਰਾਬਰੀ ਹੋ ਸੀ, ਜਿਹੜੀ ਇਹਨਾਂ ਬੇਗੈਰਤਾਂ ਵਿੱਚ ਨਹੀਂ ਹੈ, ਇਹਨਾਂ ਬੇਗੈਰਤਾਂ ਵਿੱਚ ਮੌਜੂਦ ਨਹੀਂ ਹੈ। ਇੱਥੇ ਬਹੁਤ ਸਾਰੇ ਮਸਾਇਲ ਪਰ ਗੱਲ ਹੋਣੀ ਪਈ ਹੈ, ਮਸਾਇਲ ਬੁਨਿਆਦੀ ਤੌਰ ਉੱਪਰ, ਇਹਨਾਂ ਤਮਾਮ ਮਸਾਇਲ ਨਾਲ ਬੁਨਿਆਦੀ ਤੌਰ ਉੱਪਰ ਜ਼ਿੰਮੇਦਾਰ ਉਹ ਸ਼ਖਸੀਅਤ ਹਨ ਜਿਹਨਾਂ ਸਾਡੇ ਪਰ ਹੁਕਮਰਾਨੀ ਕੀਤੀ ਹੈ, ਜਿਹਨਾਂ ਇੰਗਲੈਂਡ ਨੇ ਚੰਦੇ ਤੱਕ ਖਾਧੇ, ਜਿਹਨਾਂ ਸਾਡੇ ਨਾਂ ਪਰ ਜ਼ਕਾਤ ਨਾਲ ਪੈਸਾ ਖਾਧਾ, ਜਿਹਨਾਂ ਗਰੀਬ ਨੇ ਨਾ ਨੇ ਨਲਕੀ ਨਲਕਾ ਟੂਟੀ ਖੰਭਾ ਨੀ ਸਕੀਮ ਨਾਲ ਪੈਸਾ ਖਾਧਾ, ਉਹ ਐਸੇ ਬੇਗੈਰਤ ਹਨ ਸਾਡੇ ਸਿਰ ਉੱਪਰ ਮੁਸੱਲਤ ਹਨ। ਔਰ ਪਿਛਲੇ 76 ਸਾਲ ਤੋਂ ਹਰ ਵਾਰ 5 ਸਾਲ ਲਾਣੇ ਵਾਸਤੇ ਇਹ ਇੱਕ ਦੂਏ ਨੇ ਸਾਹਮਣੇ ਬਹਿ ਕੇ ਕੁਰਾਨ ਚਾਣੇ, ਲੋਕੋ ਕੁਰਾਨ ਚਾਣੇ, ਕਈ ਵਾਰ ਮੈਂ ਲਾਸਾਂ ਅਗਲੀ ਵਾਰ ਤੋਂ ਲਾਈ ਗਿਣਿਆ, ਕੁਰਾਨ ਚਾਣੇ ਇਸ ਗੱਲਾਂ ਪਰ। ਔਰ ਜਿਲ੍ਹਾ ਅਵਾਮੀ ਹਕੂਕ ਜਾਂ ਅਵਾਮੀ ਕੁਸੈ ਜਦੋਂ ਜੈਦ ਨਹੀਂ ਕੋਈ ਬਾਤ ਕੀਤੀ ਜਾਣੀ ਹੈ ਔਰ ਇਹ ਸਾਰੇ ਇਕੱਠੇ ਟੇਬਲ ਉੱਪਰ ਬਹਿ ਗਿਆ, ਅੱਜ ਵੀ ਇਹ ਚੀਜ਼ ਸੋਚਣੇ ਪੈਣ, ਅੱਜ ਵੀ ਇਹ ਚੀਜ਼ ਸੋਚਣੇ ਪੈਣ। ਲੋਕੋ ਇੱਕ ਬਾਤ ਕੰਨ ਖੋਲੀ ਕੇ ਸੁਣੀ ਕਰੋ, ਇਹ ਲੋਕ ਇੱਕ ਕਿਲੋਮੀਟਰ ਸਕੇ ਰੋਡ ਦੇਣੇ ਨੇ, 5 ਸਾਲ ਉਸ ਰੋਡ ਕੀ ਕੈਸ਼ ਕਰਾਉਣੇ ਨੇ, ਲੇਕਿਨ ਅਵਾਮੀ ਐਕਸ਼ਨ ਕਮੇਟੀ ਲੋਕਾਂ ਖੁਦ ਆਪਣੇ ਬਲਬੂਤੇ ਪਰ ਬਿਜਲੀ ਨੇ ਰੇਟ ਅਸਮਾਨ ਤੋਂ ਕਿੰਨੀ ਕਿ ਜ਼ਮੀਨ ਤੱਕ ਲਈ ਜਾਂਦੇ ਨੇ, ਲੇਕਿਨ ਅੱਜ ਤੱਕ ਕੈਸ਼ ਨਹੀਂ ਕਰਾਇਆ ਅਸਾਂ ਔਰ ਨਾ ਕੈਸ਼ ਕਰਾਉਣੇ ਆ। ਇਸ ਗੱਲਾਂ ਕੀ ਲਾਨਤ ਹੋਇਆ ਸਾਡੇ ਪਰ ਅਗਰ ਅਸਾਂ ਇਸ ਚੀਜ਼ ਕੀ ਕੈਸ਼ ਕਰਾਈਗਾ ਲੋਕਾਂ ਨੇ ਅੰਦਰ ਜਾ, ਨਹੀਂ ਅਸਾਂ ਦੁਬਾਰਾ ਗਰਾਉਂਡ 'ਚ ਸਾਂ, ਦੁਬਾਰਾ ਘਰ ਘਰ ਜਾ ਸਾਂ, ਹਰ ਘਰ ਹੀ ਦਸਤਕ ਦੇ ਸਾਂ ਔਰ ਹਰ ਘਰ ਨੇ ਫਰਜ਼ ਕੋਲੋਂ ਇਹ ਪੁੱਛਾਂ ਕਿ ਦੱਸੋ ਤੁਸੀਂ ਕਿਹੜੇ ਨਿਜ਼ਾਮ 'ਚ ਜੀਣਾ ਚਾਹੁੰਦੇ ਹੋ, ਕਿਹੜੇ ਰਾਹ ਪਰ ਚੱਲਣਾ ਚਾਹੁੰਦੇ ਹੋ। ਛਾਂਸਾਂ ਖਾਕ ਛਾਂਸਾਂ, ਉਸ ਵਕਤ ਤੱਕ ਛਾਂਸਾਂ ਜਦ ਤੱਕ ਅਸਾਂ ਖੁਦ ਖਾਕ ਨਾ ਹੋਈ ਜਾਣਾ, ਹਰ ਘਰ ਤੱਕ ਆਪਣਾ ਪੈਗਾਮ ਪਹੁੰਚਾ ਸਾਂ, ਹਰ ਘਰ ਕੀ ਇਹ ਬਾਸਾਂ ਕਿ ਲੋਕੋ ਨਹੀਂ ਇਹਨਾਂ ਬਹੁਤ ਲੁੱਟਿਆ ਅਸਾਂ ਕੀ ਬਹੁਤ ਲੁੱਟਿਆ। ਵੱਲਾ ਸਾਡਾ ਕੋਈ ਸਿਆਸੀ ਬਿਆਨੀਆਂ ਨਹੀਂ ਹੈ, ਅਵਾਮੀ ਐਕਸ਼ਨ ਕਮੇਟੀ ਨੇ ਕੋਈ ਸਿਆਸੀ ਬਿਆਨਿਆ ਨਹੀਂ ਹੈ, ਕੋਈ ਨਜ਼ਰਿਆਤ ਪਰੇ ਮੁਨਸਰ ਨਹੀਂ ਕਰਨੀ ਪਈ, ਤਮਾਮ ਕੌਮਾਂ ਕੀ ਤਮਾਮ ਜਮਾਤਾਂ ਕੀ ਤਮਾਮ ਲੋਕਾਂ ਕੀ ਨਾਲ ਕੀ ਨਹੀਂ ਕਿ ਟੁਰਨੇ ਲਈ ਅਵਾਮੀ ਐਕਸ਼ਨ ਕਮੇਟੀ ਹੈ, ਜਿਸ ਕੋਈ ਕਿਸੇ ਪਰ ਉਂਗਲ ਨਹੀਂ ਚਾਹੀ ਹੈ ਸਿਰਫ ਇਸ ਬਿਨਾ ਪਰ ਕਿ ਤੂੰ ਸਿਆਸੀ ਹੈ, ਨਹੀਂ ਅਸਾਂ ਹਰ ਬੰਦੇ ਕੀ ਇੱਜ਼ਤ ਦੇਣੇ ਆ ਪਏ ਔਰ ਹਰ ਬੰਦੇ ਕੀ ਗੁਜ਼ਾਰਿਸ਼ ਕਰਨੇ ਆ ਪਏ, ਜਿਤਨੇ ਓਪੋਜੀਸ਼ਨ ਲੀਡਰ ਹਨ ਉਹਨਾਂ ਕੀ ਗੁਜ਼ਾਰਿਸ਼ ਕਰਨਾ ਪਿਆ, ਤੁਸਾਂ ਨੇ ਥਾਣੇ ਵਿੱਚ ਕਰਪਸ਼ਨ ਮੌਜੂਦ ਹੈ,
ਤੁਸਾਂ ਨੇ ਥਾਣੇ ਦੇ ਅੰਦਰ DFC SP SHO ਸਮੇਤ ਤਮਾਮ ਨੇ ਤਮਾਮ ਦਲਾਲ ਬੈਠੇ ਮੈਨੂੰ, ਔਰ ਤੁਸਾਂ ਕੀ ਖਬਰ ਹੈ ਤੁਸਾਂ ਹੋਟਲਾਂ ਪਰ ਬਹਿ ਕੇ ਇਹਨਾਂ ਨੇ ਮੁਜ਼ਾਕਰਾਤ ਇਹਨਾਂ ਨਾਲ ਕਰਨੇ ਹੋ, ਹੋਟਲਾਂ ਪਰ ਬਹਿ ਕੇ ਔਰ ਹੋਟਲਾਂ ਪਰ ਬਹਿ ਕੇ ਇਹਨਾਂ ਨੇ ਗੀਬਤ ਕਰਨੇ ਹੋ, ਲੇਕਿਨ ਅਸਾਂ ਕੀ ਮਾਂ ਬਾਪ ਹਲਾਲ ਖਵਾ ਲਿਆ ਔਰ ਅਸਾਂ ਸਰੇਆਮ ਲਲਕਾਰੀ ਕੇ ਆਣੇ ਹੈ ਬੇਗੈਰਤ ਰਿਸ਼ਵਤ ਖੋਰਨ। ਸਾਡੇ ਵਿੱਚ ਤਾਂ ਤੁਸਾਂ ਵੀ ਫਰਕ ਇਹ ਹੈ, ਸਾਡੇ ਵਿੱਚ ਤਾਂ ਤੁਸਾਂ ਵਿੱਚ ਅਗਰ ਤਜ਼ਾਦ ਤੱਕਣਾ ਵੈ ਤਾਂ ਇਹਨਾਂ ਕੀ ਹੋਟਲਾਂ ਪਰ ਬਹਿ ਕੇ ਇਹਨਾਂ ਨੇ ਗੁਫਤਗੂ ਸੁਣੋ ਔਰ ਸਾਡੀ ਸਟੇਜ ਪਰ ਬਹਿ ਕੇ ਗੁਫਤਗੂ ਸੁਣੋ ਕਿ ਅਸਾਂ ਕਿਹੜੀ ਬਾਤ ਕਰਨੇ ਆ ਲੋਕੋ ਔਰ ਇਹ ਕਿਹੜੇ ਪਾਸੇ ਅਸਾਂ ਕੀ ਚਲਾਉਣ ਦੀ ਕੋਸ਼ਿਸ਼ ਕਰੀ ਰਹੇ।